ਸਵੇਰ ਰਾਤ ਕੀਤਾ ਸੁਬਹਾ ਜਾਣੀ ਜਦੋਂ ਰਾਤ ਨੂੰ ਪੱਠੇ ਪਾ ਕੇ ਇੱਥੇ ਪੈ ਗਏ ਕਿ ਮੱਝ ਸੂਣ ਵਾਲੀ ਸੀਗੀ ਉਦੋਂ ਗੇੜਾ ਮਾਰਨਾ ਵਾ 11 ਵਜੇ ਹਾਂਜੀ ਉਹ ਆਪਣਾ ਮੱਝ ਰੋਟੀਆਂ ਠੀਕ ਠਾਕ ਸੀ ਮੱਝਾਂ 11:30 ਵਜੇ ਪੈ ਗਿਆ ਮੋਬਾਇਲ ਤੇ ਗੱਲਬਾਤ ਕਰ ਰਹੀ ਬਾਹਰ ਮੁੰਡੇ ਮਾਡੇ ਅੜਕੇ ਵੀ ਸੀ ਉਹਨਾਂ ਦਾ ਨੱਚਣਾ ਆਈ ਨੇ ਤੇ 1:30 ਵਜੇ ਸੌ ਗਿਆ ਉਦੋਂ ਬਾਅਦ ਜਦੋਂ 5 ਵਜੇ ਅਸੀਂ ਆਏ ਉਹਦੇ ਨੂੰ ਮੱਝਾਂ ਖੁੱਲੀਆਂ ਆਈਆਂ ਕਿਸੇ ਤੇ ਸ਼ੱਕ ਹੈ ਤੁਹਾਨੂੰ ਸ਼ੱਕ ਦੇ ਆਧਾਰ ਤੇ ਸ਼ੱਕ ਦੇ ਸਾਨੂੰ ਕਿਸੇ ਦਿਨ ਸਾਡੀ ਕਿਸੇ ਨਾਲ ਨਾ ਹੀ ਸਾਡੇ ਕੋਈ ਇੱਧਰ ਆਉਂਦਾ ਕੋਈ ਜਾਂਦਾ ਸ਼ੱਕ ਤਾਂ ਹੀ ਆ ਵੀ ਚੋਰਾਂ ਦਾ ਕੋਈ ਅਣਪਛਾਤੇ ਬੰਦਿਆਂ ਦਾ ਹੀ ਕਿਸੇ ਦਾ ਨਹੀਂ ਸੀ ਟੀ ਸੀ ਬਹੁਤ ਅਸੀਂ ਕੈਮਰੇ ਹਜੇ ਲੱਭੀ ਜਾ ਰਹੇ ਹਾਂ ਚੈੱਕ ਕਰੀ ਜਾ ਰਹੇ ਹਾਂ ਸੈਦੋ ਗਾਜੀਆਣਾ ਖਾਈ ਬੁਰਜ ਸਾਰੇ ਅਸੀਂ ਕੈਮਰੇ ਦੇਖ ਕੇ ਆਏ ਹਾਂ ਹਜੇ ਯਾਨੀ ਕਿ ਰਾਤ ਦੀ ਜੋ ਉਹਨਾਂ ਨੇ ਜਿਹੜੇ ਟਾਈਮ ਚੋਰੀ ਹੋਈ ਆ ਉਸ ਟਾਈਮ ਉਹਨਾਂ ਨੇ ਕਹਿਣਾ ਕੋਈ ਲਾਈਟ ਨਾਲ ਛੇੜਖਾਨੀ ਕੀਤੀ ਉਹਦੇ ਕਰਕੇ ਰਾਤ ਦੀ ਸਾਰੇ ਪਿੰਡਾਂ 'ਚ ਲਾਈਟ ਹੀ ਹੈ ਨਹੀਂ ਆਈ ਹਜੇ ਤੱਕ ਜਦੋਂ ਲਾਈਟ ਆਊਗੀ ਉਹ ਸਾਰੇ ਕੈਮਰੇ ਅਸੀਂ ਦੁਬਾਰਾ ਜਾ ਕੇ ਚੈੱਕ ਕਰਾਂਗੇ ਵੀ ਜੇ ਕੋਈ ਗੱਡੀ ਨੰਬਰ ਜਾਂ ਕੋਈ ਬੰਦੇ ਪਹਿਚਾਣ 'ਚ ਆਉਂਦੇ ਹੋਣ ਤਾਂ ਇਹ ਜ਼ਰੂਰ ਅਸੀਂ ਯਾਨੀ ਕਿ ਛਾਣਬੀਨ ਕਰਾਂਗੇ ਤੁਹਾਨੂੰ ਲੱਗਦਾ ਕਿਸ 'ਤੇ ਸ਼ੱਕ ਹੈ ਤੁਹਾਨੂੰ ਨਹੀਂ ਸ਼ੱਕ ਤਾਂ ਨਹੀਂ ਦੇਖੋ ਹੋ ਸਕਦਾ ਪਿੰਡ 'ਚ ਜਿਹੜੀ ਹੈ ਸਾਡੇ ਚੋਰੀ ਹੋਈ ਹੈ 6-7 ਸਾਲ ਬਾਅਦ ਹੋਈ ਆ ਅੱਜ ਤੋਂ 6 ਸਾਲ ਪਹਿਲਾਂ ਸਾਡੇ ਪਿੰਡ 'ਚੋਂ ਮੱਝਾਂ ਖੁੱਲੀਆਂ ਸੀਗੀਆਂ ਤੇ ਕੋਈ ਵੀ ਚੋਰੀ ਹੁੰਦੀ ਆ ਦੇਖੋ ਬਗਾਨੇ ਬੰਦੇ ਨੂੰ ਪਤਾ ਨਹੀਂ ਹੁੰਦਾ ਤੁਹਾਨੂੰ ਮੈਂ ਸਾਰਾ ਗੇਟ ਦਿਖਾਊਂਗਾ ਫਰੰਟ ਤੋਂ ਵੀ ਪੂਰਾ ਜਿਵੇਂ ਕੋਈ ਪਿੰਡ ਦਾ ਹੀ ਬੰਦਾ ਇਹ 'ਚ ਇਨਵੋਲਵ ਹੁੰਦਾ ਪਰ ਸ਼ੱਕ ਨਹੀਂ ਹਜੇ ਕਿਸੇ 'ਤੇ ਇਹ ਚੀਜ਼ ਦੀ ਛਾਣਬੀਨ ਕਰਾਂਗੇ ਪ੍ਰਸ਼ਾਸਨ ਤੋਂ ਵੀ ਇਹਦੀ ਆਪਾਂ ਕਾਰਵਾਈ ਕਰਾਵਾਂਗੇ ਬੰਦਾ ਜ਼ਰੂਰ ਨਿਕਲੂਗਾ ਪਿੰਡ ਦਾ ਬੰਦਾ ਇਹ 'ਚ ਇਨਵੋਲਵ ਹੈਗਾ ਹੀ ਹੈਗਾ ਹੁਣ ਕੀ ਮੰਗ ਕਰਦੇ ਹੋ ਮੰਗ ਤਾਂ ਆਪਾਂ ਇਹੀ ਕਰਦੇ ਹਾਂ ਵੀ ਜਿਹੜੇ ਅਣਪਛਾਤੇ ਚੋਰ ਆ ਘੱਟੋ ਘੱਟ ਸਾਡਾ 7-8 ਲੱਖ ਦਾ ਮਾਲ ਦੀ ਚੋਰੀ ਹੋਈ ਹੈ ਜੀ ਇਹ ਬਹੁਤ ਵੱਡਾ ਝਟਕਾ ਬੱਚੇ ਸਵੇਰ ਦੇ ਜਿਉਂ ਇਹਨਾਂ ਨੂੰ ਪਤਾ ਲੱਗਿਆ ਇਹ ਰੋਈ ਜਾ ਰਹੇ ਆ ਠੀਕ ਹੈ ਵੀ ਸਾਡੀਆਂ ਮੱਝਾਂ ਕਿੱਥੇ ਗਈਆਂ ਚਲੋ ਬੱਚੇ ਦੁੱਧ ਪੀਂਦੇ ਆ ਪਸ਼ੂਆਂ ਦਾ ਲਗਾਅ ਹੋ ਹੀ ਜਾਂਦਾ ਅਤੇ ਇਹਦੇ ਕਰਕੇ ਹੁਣ ਪ੍ਰਸ਼ਾਸਨ ਕੋਲ ਅਸੀਂ ਜਾਵਾਂਗੇ ਅਤੇ ਕਾਨੂੰਨ ਕਾਰਵਾਈ ਕਰਨ ਦੀ ਅਸੀਂ ਅਪੀਲ ਕਰਾਂਗੇ ਉਹਨਾਂ ਨੂੰ ਵੀ ਜਿੱਥੋਂ ਤੱਕ ਜਾਇਆ ਗਿਆ ਅਸੀਂ ਅਪਰੋਚ ਕਰਾਂਗੇ ਛੱਡਣੇ ਨਹੀਂ ਵੀ ਇਹ ਅੱਜ ਸਾਡੇ ਨਾਲ ਹੋਈ ਆ ਕੱਲ੍ਹ ਨੂੰ ਕਿਸੇ ਗਰੀਬ ਨਾਲ ਹੋਈ ਇਹ ਬਹੁਤ ਵੱਡੀ ਮੰਦਭਾਗੀ ਘਟਨਾ ਹੈ